ਚਲਾ ਜਾਂਦੀ ਚਲਾਈ ਜਾਓ ਚਲਾ ਨਹੀਂ ਹੋਇਆ ਚਾਰ ਬੂਟਾ ਦਾ ਨਾਸ ਮੈਂ ਢੋਪ ਨਾਲ ਨਵਾਂ ਵਕਤ ਹੈ ਇਹ ਨੀ ਦੇਖਦਾ ਇਹਨਾਂ ਚੀਜ਼ਾਂ ਨੂੰ ਪੇਟੀ ਨਵੀਂ ਪਈ ਇਹਦੇ ਉੱਤੋਂ ਕਰੰਗਾ ਟੁੱਟਿਆ ਉਹਦਾ ਸਲਾਮ ਅਲੈਕੁਮ ਮੈਂ ਹੂੰ ਅਜ਼ਰ ਮੈਂ ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ ਨਾਜ਼ਰੀਨ ਜੈਸੇ ਕਿ ਆਪ ਜਾਣਤੇ ਹੈ ਕਿ ਤਲੀਮ ਯਾਫਤਾ ਅਪਰਾਧ ਜੋ ਹੈ ਵੋ ਬੇਰੁਜ਼ਗਾਰ ਹੋ ਸਕਤੇ ਹੈ ਮਗਰ ਹੁਨਰਮੰਦ ਅਪਰਾਧ ਜੋ ਹੋਤਾ ਹੈ ਵੋ ਬੇਰੁਜ਼ਗਾਰ ਕਭੀ ਨਹੀਂ ਹੋ ਸਕਤਾ ਜਿਸ ਤਰ੍ਹਾਂ ਕਹਤੇ ਹੈ ਕਿ ਹੁਨਰਮੰਦ ਅਪਰਾਧ ਉਨਕੇ ਹਾਥ ਜੋ ਹੋਤੇ ਹੈ ਵੋ ਸੋਨੇ ਕੇ ਹਾਥ ਹੋਤੇ ਹੈ ਆਜ ਹਮ ਇੱਕ ਐਸੀ ਸ਼ਖਸੀਅਤ ਸੇ ਆਪਕੀ ਮੁਲਾਕਾਤ ਕਰਾ ਰਹੇ ਹੈ ਜਿਨ੍ਹੋਂਨੇ ਆਪਣੀ ਸਾਰੀ ਜ਼ਿੰਦਗੀ ਜ਼ਰਈ ਔਰ ਘਰੇਲੂ ਇਸਤੇਮਾਲ ਕੇ ਔਜ਼ਾਰ ਬਣਾਉਣੇ ਮੇਂ ਗੁਜ਼ਾਰਦੀ ਹੈ ਉਨਕਾ ਬਹੁਤ ਬੜਾ ਤਜਰਬਾ ਹੈ ਉਨਸੇ ਜਾਣਤੇ ਹੈ ਵੋ ਕਿਸ ਤਰ੍ਹਾਂ ਇਹ ਚੀਜ਼ ਬਣਾਤੇ ਹੈ ਆਈਏ ਉਨਸੇ ਮੁਲਾਕਾਤ ਕਰਾਤੇ ਹੈ ਔਜ਼ੁ ਬਿੱਲਾਹਿ ਮਿਨ ਸ਼ੈਤਾਨਿ ਰਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸਾਹਿਬ ਤਾਜ ਵਲ ਮਿਰਾਜ ਵਲ ਬੁਰਾਕ ਵਲ ਅਲਮ ਦਾਫਿਲ ਬਲਾਇ ਵਲ ਬਬਾਇ ਵਲ ਫਾਤੇ ਵਲ ਮਰਡੇ ਵਲ ਅਲਮ ਇਸ ਮੂ ਮਕਦੂਬ ਮਰਬੂਨ ਮਨਫੂਜਨ ਮਨਫੂਜਨ ਬਿੱਲਾਹੁ ਹੈ ਵਲ ਬਲਮ ਸਾਈਅਤ ਅਸਲਾਮੁ ਅਲੈਕੁਮ ਬਾਬਾ ਜੀ ਕੀ ਹਾਲ ਹੈ ਚੰਗੇ ਹਾਲ ਹਨ ਸ਼ੁਕਰ ਅੱਲਾਹ ਤਾਲਾ ਦਾ ਬਾਬਾ ਜੀ ਇਹ ਬਤਾਏ ਆਪ ਕਿਤਨੇ ਅਰਸੇ ਸੇ ਇਹ ਕੰਮ ਕਰ ਰਹੇ ਹੈ ਕੰਮ ਮੈਂ ਕੰਮ ਕੀਤਾ ਹੈ ਕਿ ਸਨ 34 ਦੀ 1934 ਦੀ ਮੇਰੀ ਪਤਾ ਹੈ ਅੱਛਾ 1934 ਸੇ ਆਪ ਕੀ ਤਾਰੀਖ ਪਦਾਇਸ਼ ਹੈ ਫਲ ਮੈਂ ਕੁਰਾਨ ਪੜ੍ਹਾ ਮੈਂ ਜੀ 8ਵੀਂ ਦੇ ਆਏ ਇਹ ਆਪਣਾ 8ਵੀਂ ਜੇ ਬਣੇ ਸਕੂਲ ਜੰਡੀਰ ਵਾਲਾ ਉੱਥੇ ਮੈਂ ਇੱਕ ਕੈਦਾ ਪੜ੍ਹਾ ਮੈਂ ਅੱਲਾ ਦੀ ਮਿਹਰਬਾਨੀ ਹੈ ਅਖਬਾਰ ਹੀ ਪੜ੍ਹ ਗਿੰਨਾ ਅਖਬਾਰ ਵੀ ਪੜ੍ਹ ਲੈਂਦੇ ਹਾਂ ਅਖਬਾਰ ਹੀ ਸਾਰਾ ਪੜ੍ਹ ਗਿੰਨਾ ਜੀ ਸਹੀ ਬਾਤ ਲੇਖ ਪੜ੍ਹ ਮਾਸ਼ਾਅੱਲਾ ਕੋਈ ਥੋੜ੍ਹਾ ਥੋੜ੍ਹਾ ਇਹੋ ਕਰੇ ਨੇ ਕੋਈ ਜਮਲਾ ਦੇਣਾ ਹੋਵੇ ਉਹ ਦੇ ਦਿੱਤਾ ਛੋਟਾ ਮੋਟਾ ਹਿਸਾਬ ਵੀ ਕਰ ਲੈਂਦੇ ਹਾਂ ਔਰ ਲਿਖ ਵੀ ਲੈਂਦੇ ਹਾਂ ਬਸ ਉਹਦੇ ਮੁਤਾਬਿਕ ਕਿ ਚੱਲਦਾ ਹੈ ਕੰਮ ਵੱਲ ਮੈਂ 14 ਸਾਲ ਵਾਹੀ ਕੀਤੀ ਕਿਹਦੀ ਬਾੜੀ ਕੀ ਆ ਕਿਤੇ ਵੱਲ ਮੈਂ ਉਹ ਬੰਦ ਚੱਕ ਕੀਤੀ ਵੱਲ ਮੈਂ ਆਪਣੀ ਸ਼ਾਦੀ ਕੀਤੀ ਸ਼ਾਦੀ ਦੇ ਵਿੱਚੋਂ ਅੱਲਾਹ ਤਾਲਾ ਨੇ 7 ਪੁੱਤਰ ਦਿੱਤੇ ਮਾਂ ਦੀ ਦੁਆ ਨਾਲ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਇੱਕ ਵਫਾਤ ਪਿਆ ਮੈਂ ਰੋਵਣ ਪਿਆ ਮੇਰੀ ਅੰਮਾ ਆਖਰ ਰੋ ਨਾ ਮੈਂ ਚੁੱਪ ਕਰ ਗਿਆ ਉਹਦੇ ਬਾਅਦ ਰੋ ਨਾ ਤਾਂ 7 ਪੁੱਤਰ ਅੱਲਾਹ ਤਾਲਾ ਨੇ ਸੀ ਇਹ ਮਾਂ ਦੀ ਦੁਆ ਹੈ ਕੁਰਾਨ ਪਾਕ ਪੜ੍ਹਦਾ ਬੈਠਾ ਹਾਂ ਅਤੇ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ ਮੇਰੇ ਉੱਤੇ ਕਿ ਮੈਂ ਸਵੇਰ ਦਰਮਾ ਰਮਦਾਨ ਦਾ ਪਹਿਲਾ ਰੋਜ਼ਾ ਆਈ ਮੇਰੀ ਅੰਮਾ ਜਿਹੜੀ ਆਖਣ ਲੱਗੀ ਉਹ ਪੁੱਤ ਤੁਹਾਡਾ ਸਿਪਾਰਾ ਇੱਕ ਤਾਂ ਪੜ ਜਾ ਮੈਂ ਸਵੇਰ ਨਾਲ ਸ਼ੁਰੂ ਕੀਤਾ ਉਹਦਾ ਆਖਾ ਮਨ ਕੀਤਾ ਜਿਹੜਾ ਦੂਜੀ ਵਾਰ ਮੈਂ ਬੈਠਾ ਉਹ ਵੇਲੇ ਮੈਂ ਗੁਬਨ ਨਾਸ ਤੋਰੀ ਕੁਰਾਨ ਖੜਾ ਨਜ਼ਰਦਾ ਆਈ ਸਹੀ ਹੈ ਹਾਂ ਅੰਮਾ ਦੇ ਪੈਰ ਚੁੰਮੇ ਨੇ ਅੰਮਾ ਦੇ ਪੈਰ ਚੁੰਮੇ ਨੇ ਜਿੱਥੇ ਬੈਠੀ ਹੋਵੇ ਆ ਖੜੀ ਹੋਵੇ ਆ ਉਥਾਂ ਹੀ ਬਣ ਕੇ ਨਿਓ ਪਾਉਂਦਾ ਵੀ ਅੰਮਾ ਦੇ ਪੈਰ ਮੈਂ ਚੁੰਮਦਾ ਰਿਹਾ ਬਹੁਤ ਅੱਛੀ ਬਾਤ ਅੱਬੇ ਦੇ ਹੱਥ ਚੁੰਮੇ ਨੇ ਯਾਨੀ ਕਿ ਮਾਂ ਕੀ ਦੁਆ ਸੇ ਕਾਮਯਾਬੀ ਮਿਲੀ ਜੀ ਕਾਮਯਾਬੀ ਦੋਵੇਂ ਕਹੀਏ ਬਹੁਤ ਪੁੱਤਰਾਂ ਲਈ ਵੀ ਤੋ ਇਹ ਕੈਸੇ ਖਿਆਲ ਆ ਇਸ ਕਾਮ ਕੋ ਸਿੱਖਨੇ ਕਾ ਕਹਾਂ ਸਿੱਖੇ ਹੋ ਤੇ ਇਹ ਮੈਂ ਸਨ 65 ਦੇ ਵਿੱਚ 1965 ਮੈਂ ਇਹ ਦੇ ਚ ਸਨ 40 47 48 49 ਇਹ 50 ਦੇ ਵਿੱਚ ਮੈਂ ਇਹ ਕੰਮ ਸ਼ੁਰੂ ਕੀਤਾ ਹੋਇਆ ਜੀ ਹਾਂ ਸਿੱਖਾਂ ਦੇ ਕੰਮ ਮੈਂ ਕੀਤੇ ਇਹ ਕੰਮ ਹੀ ਕੀਤੇ ਨੇ ਇਹ ਦੇਖਦੇ ਬੈਠੇ ਵੇ ਕੇ ਇਹ ਸਿਲਵਰ ਦੇ ਚਮਚੇ ਸਿਲਵਰ ਕਾ ਚਮਚ ਹੈ ਇਹ ਕਿਸ ਤਰ੍ਹਾਂ ਬਣਦਾ ਹੈ ਅੱਛਾ ਭਈਆ ਮੈਂ ਛੁਰੀਆਂ ਬਣੇ ਤਾਂ ਹਾਂ ਵੀ ਇਹ ਮੈਂ ਬਰਛੇ ਬਣੇ ਤਾਂ ਵੀ ਚੂੜੀ ਵਾਲੇ ਸਾਮਾਂ ਚਾੜਨੀਆਂ ਅਤੇ ਵੇ ਬਰਛਾ ਦੱਬ ਕੇ ਖੜਾ ਲਿਆਉਣਾ ਉੱਤੋਂ ਟੋਪੀ ਬੰਦ ਕਹਿ ਗੁਣਾ ਹੀ ਪਤਾ ਲੱਗਦਾ ਸਾਮ ਸੋਟੀ ਚਾਹੀਦਾ ਦਿੰਦੇ ਅੱਛਾ ਹੈਂ ਕੁਹਾੜੀਆਂ ਡਬਲ ਕੁਹਾੜੀਆਂ ਜਾਂ ਕੋਈ ਤੱਬਾ ਲਾ ਅੱਛਾ ਇਹ ਬਤਾਇਆ ਜਾ 1965 ਕੀ ਜੰਗ ਹੋਈ ਤੋ ਉਸ ਵਕਤ ਵੀ ਆਪਨੇ ਕੋਈ ਉਵਲੇ ਬੱਚੇ ਵਗੈਰਾ ਬਣਾਏ ਸਨ 60 ਦੇ ਵਿੱਚ ਮੈਂ ਸ਼ਾਦੀ ਕੀਤੀ ਹੈ 1960 ਵਿੱਚ ਸ਼ਾਦੀ ਹੋਈ ਇੱਕ ਹਾਂ ਇੱਕ ਸਨ 60 ਦੇ ਵਿੱਚ ਮੈਂ ਆ ਕੇ ਸ਼ਾਦੀ ਕੀਤੀ ਸਨ 65 ਦੇ ਵਿੱਚ ਮੈਂ ਦੀਨ ਵਾਦ ਉੱਤੇ ਆਮੀ ਸਨ 60 ਦੇ ਵਿੱਚ ਮੈਂ ਸ਼ਾਦੀ ਕੀਤੀ ਇੱਕ ਬੱਚਾ ਜੰਮਾ ਜਿਹਦੇ ਵਿੱਚ ਰੋਂਦਾ ਬੈਠਾ ਵੀ ਅੰਮਾ ਮੈਂ ਰੋਕਾ ਚਾ ਸਹੀ ਹੈ ਰੋਣਾ ਨਹੀਂ ਹੈ ਸਹੀ ਹੈ ਰੋਣ ਮੈਂ ਅੱਗੇ ਅੰਮਾ ਮੈਂ ਰੋਕਾ ਚਾ ਰੋ ਨਾ ਜਣੇ ਵੱਲ ਦੂਜਾ ਵਾਰੀ ਦਫਨਾ ਕੇ ਬਾਈ ਆਇਮ ਵਾਲਾ ਅੰਮਾ ਦੇ ਕੋਲ ਬੈਠਮ ਰੋਣਾ ਤੇ ਮੈਂ ਨਹੀਂ ਆਖਾ ਨਾ ਰੋ ਤੇ ਕੁਛ 7 ਪੁੱਤਰ ਨੇ ਅੱਲਾਹ ਤਾਲਾ
अल्लाह की रहमत जो मैं बहुत जोर की करो दिया सत पुत्र माँ की दुआ नाल जमे त्राए धियाँ ही हैं सारे बालों वजन पोतरे डोतरे पर ने जो आपके बेटे हैं वो भी यही काम करते हैं यही काम करते हैं वो उन्होंने आपसे यानी कि सीखा वो काम सीखा सारा मेरे को सिखलाई की थी ने बच्चे हाँ तो अच्छी रोजी बन जाती है इस काम से इस काम में ये मेरा शागिर्द बैठे ही कुछ देख लो अच्छा ये शागिर्द ये मकसद है इंदे को पूछ लो तो इंदे काम की आमद जी रोजी अल्लाह इतनी बरकत पेंदे भावे एक रुपया ही आवे हूँ बरकत हाँ अच्छी बात है क्योंकि आज पाकिस्तान में जो है ना पढ़े लिखे नौजवान वो बेरोजगार हैं हुनरमंद अफराद जो है बेरोजगार हो ही नहीं सकता हल्का हल्का काम मेहनत करे तो रोजी उसकी बनती रहती है लकड़ का भन्ना झूठा काम बन जाए वही करें दे बाकी हल्का हल्का काम करें दे 1000-1500 बना पा दे हाँ ये कई बने दे नवी कई मैं बने दरिया कई नवी ये डिटी असं दान पाइए एक घर बनाई आई ये पाइए अच्छा ये भी खुद आपने तैयार की थी खुद आप तैयार की थी 16 किलो टोटा आई एक रात लग गया सवेरे 9 बजे घर रखी के बाद बर्छे भी खुद तैयार करते थे बर्छे में बने दरिया चूड़ीदार बर्छे बनाए बिच उतू साम चाड़नी सोटी लगती है बाकी कई चाहिए अच्छा जो बर्छे आप बनाते थे वो आम आदमी को दे देते थे हैं या किसी को देख कर देते थे या ना ना आप घर बनाए अच्छा क्यों सिक्खा दे बने हुए ऊँ वाले सिक्खा का दौर आई ऊँ वाले मैं दे उन्होंने हाथ हैं दे दें बर्छे वो क्या है एक जो होते हैं ना वो बर्छी अपने पास रखते हैं हर टाइम कृपान कहते हैं वो भी आप बना लेते आप बना सारे काम किते हिंदुस्तान के दिन क्यों अंग्रेज दिखाई में कोई ना आम पुछदा वाले जमींदारा मिले जमींदारा लोगों को डर आई पुलिस ही में नहीं आती ए जंडीरवा बने जान अहमद खान बनवा गया सन 48 दे आजकल की जो नौजवान नस्ल है वो ये काम आजकल नहीं सीखना चाहती ये नहीं कर दे वो सही बाहर वे दिन ज्यादा खुशी अच्छा हाँ ज्यादा खुशी बाहर दिए उड़े बन के मत कर हो मैं तू बाहर लोहार का पोतरे में तू ये काम क्यों नहीं करेगा लोग सादे को लोहार तोड़ के आने नहीं दाई काम को देखण सही बात ये अल्लाह की रहमत है काम बना करो तेना ये जिसने एक चीज गई ना ही काम ही कही मशहूरी बन गई थी दातरी मशहूरी बन गई थी उतो बस आ गए भैया सामान भाई जितो दात ने बनवाए पै बाए कुरे ने लोग ये डंडे लाउरी चलते पे ये बड़ा समान बनवाई करो ते बनवे गए हाँ वो था आई तो गट्टू भरा होया गहना था आई लकड़ी का काम भी करते हैं आप लकड़ी का काम ये मंजियाँ बने ने चार पाई बनाते हैं चार पाइया ये भी बने ने मैं तो सही डांदा था हल होंगे जो जमीन बने डांदा वो मैं बनाए नवे हाँ नए बनाते थे हाल नवे छप्पर ही ना लावने यानी कि जो डांदा कोई ना देख फसलों खेतों में जो औजार इस्तेमाल होते हैं वो भी बना लेते थे हाँ वो घर के जो तमाम चीज़ें वो भी बनाते थे सब कुछ बना लेंगे आप नाले ये जड़ी चीज है हल लकड़ दे ट्रैक्टर का है ना हाँ पीछे है ट्रैक्टर चलो बाबा जी बहुत शुक्रिया आपने हमें तमाम चीज़ों के बारे में बताया अपना कीमती टाइम दिया।